ਤੁਸੀਂ ਡਾਰਕ ਕਲਰ ਲੈਣੇ ਹੋ ਤਾਂ ਤੁਸੀਂ ਧਿਆਨ ਰੱਖੋ ਵੀ ਉਹਦੇ ਉੱਪਰ ਜਿਹੜਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਆਪਣੇ ਚੈਨਲ ਸੰਦੀਪ ਖੇਲ ਦੇ। ਅੱਜ ਦੀ ਜਿਹੜੀ ਆਪਣੀ ਵੀਡੀਓ ਇਹਦੇ ਵਿੱਚ ਆਪਾਂ ਕੁਛ ਹੈ ਜਿਹੜੇ ਟਿਪਸ ਸ਼ੇਅਰ ਕਰਾਂਗੇ ਤੁਹਾਡੇ ਨਾਲ, ਕਿਉਂਕਿ ਜੀ ਜਿਹੜਾ ਗਰਮੀਆਂ ਦਾ ਸੀਜ਼ਨ ਆ ਉਹ ਸਟਾਰਟ ਹੋ ਚੁੱਕਿਆ ਅਤੇ ਸਾਰਿਆਂ ਨੂੰ ਪਤਾ ਵੀ ਗਰਮੀਆਂ ਦੇ ਵਿੱਚ ਆਪਾਂ ਕੋਟਨ ਦਾ ਸੂਟ ਪਹਿਨ ਕੇ ਤਾਂ ਵਿਆਹ ਸ਼ਾਦੀ 'ਤੇ ਨਹੀਂ ਜਾ ਸਕਦੇ ਹੁੰਦੇ, ਕਿਉਂਕਿ ਉਹ ਬਿਲਕੁਲ ਵੀ ਪਾਰਟੀ ਵੇਅਰ ਲੁੱਕ ਨਹੀਂ ਦਿੰਦਾ। ਕੁਛ ਇਸ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਕੱਪੜੇ ਆ, ਕਿਉਂਕਿ ਮੈਂ ਆਪਣੇ ਲਈ ਮਾਰਕੀਟ ਦੇ ਵਿੱਚੋਂ ਸੂਟ ਖਰੀਦਣ ਗਈ ਸੀ ਤਾਂ ਮੈਂ ਉੱਥੇ ਨੋਟ ਕੀਤੀ ਗੱਲ ਕਿ ਜਦੋਂ ਵੀ ਸ਼ੋਪ 'ਤੇ ਲੋਕ ਪਾਰਟੀ ਵੇਅਰ ਸੂਟ ਲੈਂਦੇ ਤਾਂ ਉਹਦੇ ਵਿੱਚ ਕੀ ਉਹਨਾਂ ਨੂੰ ਫੈਬਰਿਕ ਦਿਖਾਏ ਜਾਂਦੇ ਆ, ਮਤਲਬ ਉਹ ਸਾਰੀਆਂ ਚੀਜ਼ਾਂ ਮੇਰੇ ਮਾਇੰਡ ਦੇ ਵਿੱਚ ਆਈਆਂ ਤਾਂ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਇਹ ਵੀਡੀਓ ਹੈ ਜਿਹੜੀ ਡਿਟੇਲ ਦੇ ਵਿੱਚ ਸ਼ੇਅਰ ਕਰਨੀ ਚਾਹੀਦੀ ਆ। ਸੋ ਜੇਕਰ ਪਾਰਟੀ ਵੇਅਰ ਲੁੱਕ ਚਾਹੁੰਦੇ ਹੋ ਤਾਂ ਮੈਂ ਉਹ ਸਾਰੇ ਆਈਡੀਆ ਤੁਹਾਡੇ ਨਾਲ ਸ਼ੇਅਰ ਕਰੂੰਗੀ। ਜਾਂ ਜਦੋਂ ਵੀ ਤੁਸੀਂ ਪਾਰਟੀ ਵੇਅਰ ਇਸ ਤਰ੍ਹਾਂ ਦੀ ਲੁੱਕ ਕ੍ਰੀਏਟ ਕਰਨੀ ਹੁੰਦੀ ਹੈ ਜਾਂ ਤੁਸੀਂ ਵੈਡਿੰਗ 'ਤੇ ਜਾਂਦੇ ਹੋ ਕਿਸੇ, ਉਹਦੇ ਵਿੱਚ ਕਾਫੀ ਡਿਫਰੈਂਟ ਤਰ੍ਹਾਂ ਦੇ ਆਈਡੀਆਜ਼ ਹੁੰਦੇ ਆ। ਪਹਿਲਾਂ ਟਾਈਮ ਸੀਗਾ ਜਦੋਂ ਲੋਕ ਸਿਰਫ ਸੂਟ ਹੀ ਪਹਿਨਦੇ ਸੀ, ਪਰ ਹੁਣ ਕੀ ਹੈ ਲਹਿੰਗਾ, ਅਨਾਰਕਲੀ, ਸ਼ਰਾਰਾ, ਗਰਾਰਾ, ਇਹ ਸਾਰੇ ਤਰ੍ਹਾਂ ਦੀਆਂ ਡਰੈਸਿਸ ਜਾਂ ਗਾਊਨ, ਗਾਊਨ ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਟ੍ਰੈਂਡ ਦੇ ਵਿੱਚ ਆ। ਸੋ ਚਲੋ ਆਪਾਂ ਡਿਟੇਲ ਦੇ ਵਿੱਚ ਆ ਜਿਹੜੀ ਇਹਨਾਂ ਗੱਲਾਂ ਬਾਰੇ, ਜਿਹੜੇ ਇਹਨਾਂ ਟਿਪਸ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ। ਨੰਬਰ 1 ਜਿਹੜੀ ਟਿਪ ਹੈਗੀ ਹੈ ਜੀ, ਉਹ ਹੈਗੀ ਹੈਗੀ ਲਹਿੰਗੇ ਨੂੰ ਲੈ ਕੇ। ਜੇਕਰ ਤੁਸੀਂ ਕਿਸੇ ਵੀ ਵੈਡਿੰਗ 'ਤੇ ਜਾਂਦੇ ਹੋ ਜਾਂ ਪਾਰਟੀ ਵੇਅਰ ਤੁਸੀਂ ਲੁੱਕ ਕ੍ਰੀਏਟ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਦੋਂ ਲਹਿੰਗਾ ਪਹਿਨਣਾ ਤਾਂ ਲਹਿੰਗੇ ਦਾ ਤੁਸੀਂ ਜਿਹੜਾ ਫੈਬਰਿਕ ਚੂਜ਼ ਕਰਨਾ ਉਹ ਕਰਨਾ ਜੀ ਔਰਗਾਂਜਾ ਦਾ। ਔਰਗਾਂਜਾ ਦਾ ਤੁਸੀਂ ਆਲ ਓਵਰ ਲਹਿੰਗਾ ਬਣਾਓਗੇ, ਬਿਲਕੁਲ ਸੋਹਣਾ ਨਹੀਂ ਲੱਗਣਾ। ਉਹਦੇ ਨਾਲ ਤੁਸੀਂ ਪਲੇਨ ਜਾਂ ਫਿਰ ਇਸ ਤਰ੍ਹਾਂ ਦਾ ਪਾਰਟੀ ਵੇਅਰ ਫੈਬਰਿਕ ਹੁੰਦਾ ਜਿਹਦੇ ਉੱਪਰ ਕੁਛ ਸੀਕੁਐਨ ਵਰਕ ਜਾਂ ਮਿਰਰ ਵਰਕ ਦੀ ਹੈ ਜਿਹੜੀ ਇੰਬਰਾਇਡਰੀ ਕੀਤੀ ਹੁੰਦੀ ਹੈ, ਤਾਂ ਉਹਦੇ ਨਾਲ ਤੁਸੀਂ ਉਸ ਤਰ੍ਹਾਂ ਦੀ ਜਾਂ ਕੁੜਤੀ ਲੌਂਗ ਬਣਾ ਸਕਦੇ ਹੋ। ਸੋ ਉਹਦਾ ਲਹਿੰਗਾ ਜਿਹੜਾ ਔਰਗਾਂਜਾ ਦਾ ਕਾਫੀ ਜ਼ਿਆਦਾ ਸੋਹਣਾ ਲੱਗੂਗਾ। ਉਹਦੇ ਵਿੱਚ ਕੀ ਹੋਊਗਾ ਕਿ ਉਹ ਤੁਹਾਨੂੰ ਬਹੁਤ ਹੀ ਵਧੀਆ ਜੀ ਲੁੱਕ ਦੇਊਗਾ ਅਤੇ ਜਿਹੜਾ ਕੰਫਰਟੇਬਲ ਵੀ ਤੁਸੀਂ ਬਹੁਤ ਜ਼ਿਆਦਾ ਰਹੋਗੇ, ਕਿਉਂਕਿ ਸਮਰ ਦੇ ਵਿੱਚ ਹੈ ਜਿਹੜਾ ਜਦੋਂ ਆਪਾਂ ਇਸ ਤਰ੍ਹਾਂ ਦੇ ਪਾਰਟੀ ਵੇਅਰ ਲਹਿੰਗੇ ਜਾਂ ਅਨਾਰਕਲੀ ਜਾਂ ਸੂਟ ਪਹਿਨਦੇ ਹਾਂ ਤਾਂ ਉਹਦੇ ਵਿੱਚ ਜਦੋਂ ਆਪਾਂ ਅਨਕੰਫਰਟੇਬਲ ਹੁੰਦੇ ਹਾਂ, ਆਪਾਂ ਨੂੰ ਕੰਫਰਟ ਨਹੀਂ ਮਿਲਦਾ, ਤਾਂ ਫਿਰ ਆਪਣਾ ਜਿਹੜਾ ਸਾਰਾ ਜਿਹੜਾ ਮੂਡ ਹੈ ਉਹ ਵੀ ਖਰਾਬ ਹੋ ਜਾਂਦਾ, ਜਿਹੜੀ ਆਪਣੀ ਲੁੱਕ ਹੈ ਉਹ ਤਾਂ ਖਰਾਬ ਹੋ ਹੀ ਹੋ ਜਾਂਦੀ ਹੈ। ਸੋ ਇਹਦੇ ਵਿੱਚ ਤੁਸੀਂ ਔਰਗਾਂਜਾ ਦੇ ਫੈਬਰਿਕ ਦੇ ਲਹਿੰਗੇ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਪਲੇਨ ਔਰਗਾਂਜਾ ਦੇ ਫੈਬਰਿਕ ਦਾ ਲਹਿੰਗਾ ਬਣਾ ਸਕਦੇ ਹੋ, ਉਹਦੇ ਨਾਲ ਇੰਬਰਾਇਡਰੀ ਵਾਲਾ ਲੈ ਸਕਦੇ ਹੋ, ਤੁਸੀਂ ਬਲਾਊਜ਼ ਜਾਂ ਉਹਨਾਂ ਕੁੜਤੀ ਬਣਾ ਸਕਦੇ ਹੋ। ਨੰਬਰ 2 ਤੇ ਆ ਗਈ ਜੀ ਸਾੜੀ, ਕਿਉਂਕਿ ਅੱਜ ਕੱਲ੍ਹ ਕਾਫੀ ਟ੍ਰੈਂਡ ਦੇ ਵਿੱਚ ਆ, ਕਾਫੀ ਲੋਕ ਹੈ ਜਿਹੜਾ ਵੈਡਿੰਗ ਦੇ ਲਈ ਸਾੜੀ ਬਣਵਾਉਂਦੇ ਨੇ ਜਾਂ ਪਹਿਲਾਂ ਜਿਹੜੇ ਸਾੜੀ ਪਹਿਨਦੇ ਨੇ ਲੋਕ, ਤਾਂ ਉਹ ਫਿਰ ਉਹਨਾਂ ਨੂੰ ਮਤਲਬ ਪਾਰਟੀ ਵੇਅਰ ਦੇ ਲਈ ਡਿਸਾਈਡ ਕਰਨਾ ਔਖਾ ਹੋ ਜਾਂਦਾ, ਕਿਉਂਕਿ ਸਾੜੀ ਜਿਹੜੀ ਕੈਜੂਅਲ ਦੇ ਵਿੱਚ ਪਹਿਨਦੇ ਹੋ ਜਾਂ ਤੁਸੀਂ ਨੋਰਮਲ ਸਾੜੀ ਪਹਿਨਦੇ ਹੋ ਤਾਂ ਸਮਰ ਦੇ ਵਿੱਚ ਸਾੜੀ ਨੂੰ ਥੋੜ੍ਹਾ ਕੈਰੀ ਕਰਨਾ ਜਾਂ ਸੰਭਾਲਣਾ ਔਖਾ ਹੋ ਜਾਂਦਾ। ਤਾਂ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਵੇਖਿਆ ਹੋਊਗਾ ਬਹੁਤ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਡਰੈਸਿਸ ਆਉਂਦੀਆਂ ਨੇ ਜਾਂ ਇਸ ਤਰ੍ਹਾਂ ਦੇ ਗਾਊਨ ਬਣਾਏ ਜਾਂਦੇ ਨੇ, ਗਾਊਨ ਨਹੀਂ ਕਹਿ ਸਕਦੇ ਆਪਾਂ, ਅਨਾਰਕਲੀ ਦੀ ਤਰ੍ਹਾਂ ਹੀ ਡਰੈਸਿਸ ਬਣਾਈਆਂ ਜਾਂਦੀਆਂ ਨੇ, ਨਾਲ ਹੀ ਉਹਦੇ ਦੁਪੱਟਾ ਅਟੈਚ ਕੀਤਾ ਜਾਂਦਾ, ਬਿਲਕੁਲ ਸਾੜੀ ਦੀ ਲੁੱਕ ਦਿੱਤੀ ਗਈ ਹੁੰਦੀ ਹੈ। ਇਸ ਤਰ੍ਹਾਂ ਦੀ ਤੁਸੀਂ ਡਰੈਸਿਸ ਜਿਹੜੀਆਂ ਟਰਾਈ ਕਰ ਸਕਦੇ ਹੋ, ਬਟ ਉਹ ਸਾੜੀ ਨਹੀਂ ਹੁੰਦੀ, ਤੁਹਾਨੂੰ ਜਿਹੜੀ ਲੁੱਕ ਹੈ ਉਹ ਸਾੜੀ ਦੀ ਦੇਊਗੀ। ਸੋ ਇਸ ਤਰ੍ਹਾਂ ਦੀਆਂ ਡਰੈਸਿਸ ਟਰਾਈ ਕਰ ਸਕਦੇ ਹੋ ਤੁਸੀਂ, ਕਲਰ ਹੈ ਜਿਹੜੇ ਸੀਜ਼ਨ ਨੂੰ ਲੈ ਅਕੋਰਡਿੰਗ ਹੈ ਸੀਜ਼ਨ ਦੇ ਚੂਜ਼ ਕਰ ਸਕਦੇ ਹੋ, ਜਿਵੇਂ ਕਿ ਸਮਰ ਦੇ ਵਿੱਚ ਪਿਸਤਾ ਕਲਰ, ਵਾਈਟ ਕਲਰ, ਗ੍ਰੇ ਕਲਰ, ਕੈਮਲ ਕਲਰ, ਇਸ ਤਰ੍ਹਾਂ ਦੇ ਕਲਰ ਆ ਜਿਹੜੇ ਬਹੁਤ ਸੋਹਣੇ ਲੱਗਦੇ ਆ। ਸੋ ਇਸ ਤਰ੍ਹਾਂ ਦੇ ਤੁਸੀਂ ਲਾਈਟ ਜਿਹਾ ਕਲਰ ਬਣਾ ਸਕਦੇ ਹੋ, ਫੈਬਰਿਕ ਉਹੀ ਔਰਗਾਂਜਾ ਦਾ ਫੈਬਰਿਕ ਬਹੁਤ ਸੋਹਣਾ ਲੱਗਦਾ, ਉਹਦੇ ਨਾਲ ਮਿਕਸ ਐਂਡ ਮੈਚ ਕਰਕੇ ਕੁਛ ਹੋਰ ਤਰ੍ਹਾਂ ਦੇ ਫੈਬਰਿਕ ਹੁੰਦੇ ਆ ਜਿਹੜੀ ਕਿ ਡਰੈਸ ਹੈ ਤੁਹਾਡੀ ਡਿਜ਼ਾਈਨ ਕੀਤੀ ਜਾਂਦੀ ਹੈ। ਪਰ 3 ਤੇ ਆਉਂਦਾ ਹੈ ਜੀ ਅਨਾਰਕਲੀ ਸੂਟ। ਅਨਾਰਕਲੀ ਸੂਟ ਹੁਣ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਅਤੇ ਜੇਕਰ ਤੁਸੀਂ ਪਾਰਟੀ ਵੇਅਰ ਅਨਾਰਕਲੀ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੇਝਿਜਕ ਹੈ ਜਿਹੜਾ ਬਣਾ ਸਕਦੇ ਹੋ, ਕਿਉਂਕਿ ਉਹਦੇ ਵਿੱਚ ਤੁਹਾਨੂੰ ਕੰਫਰਟੇਬਲ ਵੀ ਰਹੋਗੇ ਤੁਸੀਂ ਅਤੇ ਜਿਹੜਾ ਸੂਟ ਆ ਉਹ ਬਹੁਤ ਹੀ ਸੋਹਣਾ ਲੱਗਦਾ, ਕਿਉਂਕਿ ਕਾਫੀ ਟ੍ਰੈਂਡ ਦੇ ਵਿੱਚ ਹੈ। ਜਿਵੇਂ ਕਿ ਹੁਣ ਸ਼ੋਰਟ ਨਹੀਂ ਕਹਿ ਸਕਦੇ ਆਪਾਂ, ਜਿੰਨੀ ਕੁ ਆਪਣੀ ਕੁੜਤੀ ਦੀ ਲੈਂਥ ਹੁੰਦੀ ਆ ਉਨੀ ਕੁ ਲੈਂਥ ਦੀ ਜਿਹੜੀ ਫਰੋਕ ਹੈ ਸਟਿਚ ਕੀਤੀ ਜਾਂਦੀ ਆ। ਹੁਣ ਕਾਫੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਆ ਗਿਆ ਵੀ ਕੁੜਤੀ ਤਰ੍ਹਾਂ ਉਹਦੇ ਸਾਈਡ 'ਤੇ ਸਲਿੱਟ ਬਣਾਈ ਜਾਂਦੀ ਹੈ ਅਤੇ ਜਿਹੜੇ ਸਿਰਫ ਉਹਦੇ ਵਿੱਚ ਪਲੇਟਸ ਪਾਈਆਂ ਜਾਂਦੀਆਂ ਨੇ ਫਰੰਟ 'ਤੇ, ਕਿਉਂਕਿ ਕਈ ਲੋਕਾਂ ਨੂੰ ਹੈ ਜਿਹੜਾ ਵੀ ਬਹੁਤ ਜ਼ਿਆਦਾ ਘੇਰੇ ਵਾਲੀ ਫਰੋਕ ਦੀ ਤਰ੍ਹਾਂ ਵੀ ਨਹੀਂ ਉਹਨਾਂ ਨੂੰ ਫਰੋਕ ਪਹਿਨਣੀ ਪਸੰਦ ਹੁੰਦੀ ਤਾਂ ਉਹ ਸਿਰਫ ਕੁੜਤੀ ਦੀ ਤਰ੍ਹਾਂ ਹੀ ਹੁੰਦੀ ਹੈ, ਸਿਰਫ ਉਹਦੇ ਵਿੱਚ ਪਲੇਟਸ ਆ ਜਿਹੜੀਆਂ ਫਰੰਟ 'ਤੇ ਉਹਨੂੰ ਫਰਾਕ ਦੀ ਲੁੱਕ ਦਿੱਤੀ ਜਾਂਦੀ ਹੈ ਫਰੋਕ ਦੀ। ਸੋ ਇਸ ਤਰ੍ਹਾਂ ਦੀਆਂ ਡਰੈਸਿਸ ਬਹੁਤ ਸੋਹਣੀਆਂ ਲੱਗਦੀਆਂ ਨੇ, ਇਹਦੇ ਲਈ ਤੁਸੀਂ ਹੈ ਜਿਹੜੇ ਕਲਰ ਬਹੁਤ ਸੋਹਣੇ ਸੋਹਣੇ ਲੈ ਸਕਦੇ ਹੋ। ਇਹਦੇ ਵਿੱਚ ਜੇਕਰ ਤੁਸੀਂ ਵਰਕ ਵਾਲੀ ਅਨਾਰਕਲੀ ਬਣਾਉਣਾ ਚਾਹੁੰਦੇ ਹੋ, ਜੇ ਤਾਂ ਤੁਸੀਂ ਡਾਰਕ ਕਲਰ ਲੈਣੇ ਹੋ ਤਾਂ ਤੁਸੀਂ ਧਿਆਨ ਰੱਖੋ ਵੀ ਉਹਦੇ ਉੱਪਰ ਜਿਹੜਾ ਮਿਰਰ ਦਾ ਵਰਕ ਕੀਤਾ ਗਿਆ ਹੋਵੇ ਡਾਰਕ ਕਲਰ ਦੇ ਉੱਪਰ ਜਾਂ ਉਹਦੇ ਸਿਮਿਲਰ ਕੁਛ ਇਸ ਤਰ੍ਹਾਂ ਦਾ ਵਰਕ ਹੋਵੇ ਮਿਰਰ ਦੇ, ਅਤੇ ਜੇ ਤੁਸੀਂ ਲਾਈਟ ਕਲਰ ਲੈਣੇ ਹੋ ਤਾਂ ਉਹਦੇ ਉੱਪਰ ਸੀਕੁਐਨ ਵਰਕ ਕੀਤਾ ਗਿਆ ਹੋਵੇ, ਬਹੁਤ ਹੀ ਛੋਟੇ ਛੋਟੇ ਸੀਕੁਐਨ ਦਾ ਯੂਜ਼ ਕੀਤਾ ਹੁੰਦਾ। ਇਸ ਤਰ੍ਹਾਂ ਦੇ ਫੈਬਰਿਕ ਆ ਜਿਹੜੇ ਮਾਰਕੀਟ ਦੇ ਵਿੱਚ ਕਾਫੀ ਮਿਲ ਜਾਂਦੇ ਆ। ਜੇਕਰ ਤੁਸੀਂ ਫਰਾਕ ਦੇ ਲਈ ਕੋਟਨ ਦਾ ਕੱਪੜਾ ਵੀ ਚੂਜ਼ ਕਰਨਾ ਚਾਹੁੰਦੇ ਹੋ, ਕੋਟਨ ਦੇ ਕੱਪੜੇ ਦੀ ਫਰਾਕ ਵੀ ਪਾਰਟੀ ਵੇਅਰ ਬਣਾਉਣਾ ਚਾਹੁੰਦੇ ਹੋ, ਤਾਂ ਮੈਂ ਮਾਰਕੀਟ ਦੇ ਵਿੱਚ ਆਪਦੀ ਲੋਕਲ ਦੇ ਵਿੱਚ ਹੀ ਨੋਟ ਕੀਤੀ
ਅਤੇ ਜੋ ਵੀ ਆਈਡੀਏ ਮੈਂ ਮਤਲਬ ਨੋਟ ਕੀਤੇ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਮੈਨੂੰ ਜੋ ਵੀ ਜ਼ਰੂਰੀ ਲੱਗੇ, ਜੇਕਰ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਆਈਡੀਆ ਮੇਰਾ ਵਧੀਆ ਲੱਗਿਆ ਤਾਂ ਤੁਸੀਂ ਉਹ ਆਈਡੀਆ ਲਿਖ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਦੀ ਸਾਨੂੰ ਆਹ ਵਾਲਾ ਆਈਡੀਆ ਵਧੀਆ ਲੱਗਿਆ। ਨੈਕਸਟ ਆਈਡੀਆ ਦੀ ਆਪਾਂ ਗੱਲ ਕਰਦੇ ਸੀ ਜੀ, ਤੁਸੀਂ ਕੋਟਨ ਦੀ ਨਾ ਥੋੜ੍ਹੇ ਡਾਰਕ ਕਲਰ, ਡਾਰਕ ਕਲਰ ਇਹ ਨਹੀਂ ਹੈਗਾ ਵੀ ਸਾਰੇ ਡਾਰਕ ਕਲਰ ਜਿਹੜੇ ਸਰਦੀਆਂ ਦੇ ਵਿੱਚ ਸੋਹਣੇ ਲੱਗਦੇ ਆ, ਨਹੀਂ ਗਰਮੀਆਂ ਦੇ ਵਿੱਚ ਡਾਰਕ ਕਲਰ ਜ਼ਿਆਦਾ ਸੋਹਣੇ ਨਹੀਂ ਲੱਗਦੇ, ਪਰ ਕੁਛ ਇਸ ਤਰ੍ਹਾਂ ਦੇ ਡਾਰਕ ਕਲਰ ਹੁੰਦੇ ਆ ਜਿਹੜੇ ਗਰਮੀਆਂ ਦੇ ਵਿੱਚ ਵੀ ਸੋਹਣੇ ਲੱਗਦੇ ਆ, ਜਿਵੇਂ ਕਿ ਮਾਸਟਰਡ ਕਲਰ, ਮੈਂਗੋ ਕਲਰ, ਥੋੜ੍ਹਾ ਡਾਰਕ ਪੀਚ ਕਲਰ, ਰੈੱਡ ਕਲਰ ਵੀ ਬਹੁਤ ਸੋਹਣਾ ਲੱਗਦਾ। ਰੈੱਡ ਦੇ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਸ਼ੇਡਸ ਆ ਜਾਂਦੇ ਨੇ, ਕੋਟਨ ਦੇ ਕੱਪੜੇ ਵਿੱਚ ਬਹੁਤ ਸੋਹਣੇ ਲੱਗਦੇ ਆ। ਸੋ ਇਸ ਤਰ੍ਹਾਂ ਦੇ ਜਦੋਂ ਆਪਾਂ ਬਿਲਕੁਲ ਛੋਟੇ ਛੋਟੇ ਪ੍ਰਿੰਟ ਵਾਲੇ ਆ ਨਾ ਜਿਹੜੇ ਸੂਟ ਬਣਾਉਣੇ ਆ ਕੋਟਨ ਦੇ ਵਿੱਚ, ਕੋਟਨ ਦੇ ਸਿਮਿਲਰ ਕੁਛ ਫੈਬਰਿਕ ਆ ਜਾਂਦੇ ਆ, ਉਹਦੇ ਵਿੱਚ ਸੂਟ ਤੁਸੀਂ ਸਟਿਚ ਕਰਵਾਓਗੇ ਤਾਂ ਉਹਦੇ ਨਾਲ ਦੁਪੱਟੇ ਆ ਇਸ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ, ਬਿਲਕੁਲ ਚਨੋਨ ਦੇ ਫੈਬਰਿਕ ਆ ਉਹਨਾਂ ਦਾ, ਔਰਗਾਂਜਾ ਦੇ ਨਾਲ ਹੈਗੇ, ਤੁਸੀਂ ਚਨੋਨ ਦੇ ਜਾਂ ਸ਼ਿਫੋਨ ਦੇ ਦੁਪੱਟੇ ਪਿਓਰ ਦੇ ਆ ਚੁੱਕੇ ਨੇ, ਅਤੇ ਉਹ ਤੁਹਾਨੂੰ ਤਕਰੀਬਨ ਆ ਜਿਹੜਾ ਵੀ 1000, 1200, 1500 ਇੱਥੋਂ ਤੱਕ ਰੇਟ ਇਹਨਾਂ ਦਾ ਵੱਧਦਾ ਜਾਂਦਾ, ਬਟ 1000 ਤੋਂ ਸਟਾਰਟ ਹੋ ਜਾਂਦਾ, 9500 ਤੋਂ ਸਟਾਰਟ ਹੋ ਜਾਂਦਾ ਰੇਟ। ਅਤੇ ਮਤਲਬ ਉਹਦੇ ਵਿੱਚ ਵਰਕ ਕੀਤਾ ਗਿਆ ਹੁੰਦਾ ਬਹੁਤ ਸੋਹਣਾ, ਜੋ ਕਿ ਪਾਰਟੀ ਵੇਅਰ ਦੁਪੱਟੇ ਹੁੰਦੇ ਆ। ਤੁਸੀਂ ਸ਼ੋਪ 'ਤੇ ਜਾ ਕੇ ਟਰਾਈ ਕਰ ਸਕਦੇ ਹੋ ਵੀ ਅਸੀਂ ਪਾਰਟੀ ਵੇਅਰ ਦੁਪੱਟੇ ਕੋਟਨ ਦੇ ਸੂਟ ਨਾਲ ਲੈਣੇ ਆ, ਜਾਂ ਵੈਸੇ ਵੀ ਪਾਰਟੀ ਵੇਅਰ ਵਾਈਟ ਕਲਰ ਦੇ ਵਿੱਚ ਦੁਪੱਟਾ ਲੈਣਾ ਤੁਸੀਂ, ਜੇ ਤੁਸੀਂ ਡਾਈ ਕਰਾਉਣਾ ਚਾਹੁੰਦੇ ਹੋ ਕੋਈ ਕੰਟਰਾਸਟ ਤਾਂ ਉਹ ਵੀ ਸੋਹਣਾ ਲੱਗੂਗਾ, ਮਤਲਬ ਤੁਹਾਡੇ ਸੂਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਲਰ ਹੈ ਜਿਹੜਾ ਕੰਟਰਾਸਟ ਬਣਾਉਣਾ ਚਾਹੁੰਦੇ ਹੋ। ਪਰ ਤੁਸੀਂ ਜਿਵੇਂ ਮੈਂ ਦੱਸਿਆ ਵੀ ਮੈਂਗੋ ਕਲਰ ਦਾ ਜੇਕਰ ਸੂਟ ਬਣਾਉਂਗੇ ਨਾ, ਜਾਂ ਮਸਟਰਡ ਕਲਰ ਦਾ, ਤਾਂ ਉਹਦੇ ਨਾਲ ਇਸ ਤਰ੍ਹਾਂ ਦਾ ਪਾਰਟੀ ਵੇਅਰ ਵਾਈਟ ਕਲਰ ਦਾ ਦੁਪੱਟਾ ਲਾਉਂਗੇ, ਇੱਕ ਸਾਈਡ 'ਤੇ ਇਸ ਤਰ੍ਹਾਂ ਡਰੇਪ ਕਰ ਲਉਂਗੇ ਤਾਂ ਬਹੁਤ ਹੀ ਸੋਹਣੀ ਤੁਹਾਡੀ ਲੁੱਕ ਬਣਾ ਦੂਗਾ, ਅਤੇ ਇੱਕ ਪਾਰਟੀ ਵੇਅਰ ਲੁੱਕ ਹੋਊਗੀ। ਉਹਦੇ ਨਾਲ ਫੁੱਟਵੀਅਰ ਹੈ, ਤੁਸੀਂ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਹਾਈਟ ਦੇ ਅਕੋਰਡਿੰਗ ਫੁੱਟਵੀਅਰ ਕਿਸ ਤਰ੍ਹਾਂ ਅਸੀਂ ਪਹਿਨ ਸਕਦੇ ਹਾਂ, ਤਾਂ ਤੁਸੀਂ ਮੇਰੇ ਚੈਨਲ 'ਤੇ ਜਿਹੜੀ ਵੀਡੀਓ ਚੈੱਕ ਕਰ ਸਕਦੇ ਹੋ, ਮੈਂ ਫੁੱਟਵੀਅਰ ਨੂੰ ਲੈ ਕੇ ਵੀ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਪਹਿਲਾਂ। ਨੈਕਸਟ ਜਿਹੜਾ ਆਈਡੀਆ ਆ ਗਿਆ ਜੀ ਉਹ ਹੈਗਾ ਵੀ ਕਿਸ ਤਰ੍ਹਾਂ ਦੇ ਤੁਸੀਂ ਦੁਪੱਟੇ ਆ ਜਿਹੜੇ ਅਵੋਇਡ ਕਰਨੇ ਆ। ਤੁਸੀਂ ਔਰਗਾਂਜਾ ਦੇ ਦੁਪੱਟੇ ਆ ਜਿਹੜੇ ਵੀ ਜ਼ਿਆਦਾ ਨਹੀਂ ਲੈਣੇ, ਵੈਸੇ ਔਰਗਾਂਜਾ ਦੇ ਤੁਸੀਂ, ਮੈਂ ਤੁਹਾਨੂੰ ਡਰੈਸਿਸ ਦੱਸੀਆਂ ਵੀ ਬਣਾ ਸਕਦੇ ਹੋ, ਪਰ ਕੀ ਹੈ ਕਿ ਪਸੀਨਾ ਆਉਂਦਾ ਗਰਮੀਆਂ ਦੇ ਵਿੱਚ, ਥੋੜ੍ਹਾ ਆਪਾਂ ਨੂੰ ਕੰਫਰਟ ਚਾਹੀਦਾ ਹੁੰਦਾ ਸਪੈਸ਼ਲੀ ਦੁਪੱਟੇ ਨੂੰ ਲੈ ਕੇ, ਤਾਂ ਦੁਪੱਟੇ ਆਪਾਂ ਡਰੇਪ ਕਰ ਲੈਂਦੇ ਹਾਂ ਸਾਈਡ 'ਤੇ, ਪਰ ਜਿਹੜਾ ਔਰਗਾਂਜਾ ਦਾ ਦੁਪੱਟਾ ਹੁੰਦਾ ਉਹ ਵੀ ਮਤਲਬ ਥੋੜ੍ਹਾ ਉਹਨੂੰ ਟਿਕਾ ਕੇ ਰੱਖਣਾ ਔਖਾ ਹੋ ਜਾਂਦਾ। ਆਪਾਂ ਨੂੰ ਉਸੇ ਜਗ੍ਹਾ ਤੁਸੀਂ ਪਿਓਰ ਦੇ ਦੁਪੱਟੇ ਜਾਂ ਚਨੋਨ ਦੇ ਦੁਪੱਟੇ ਲੈ ਸਕਦੇ ਹੋ, ਜਾਂ ਕੋਟਾ ਡੋਰੀਆ ਦੇ ਦੁਪੱਟੇ ਵੀ ਤੁਹਾਨੂੰ ਬਹੁਤ ਜ਼ਿਆਦਾ ਵਰਕ ਵਾਲੇ ਮਿਲ ਜਾਣਗੇ, ਬਹੁਤ ਹੈਵੀ ਹੈਵੀ ਵਰਕ ਵਾਲੇ, ਬਹੁਤ ਸੋਹਣੇ ਸੋਹਣੇ, ਉਹਨਾਂ ਨੂੰ ਸੂਟ ਨਾਲ ਵੀ ਡਾਈ ਕਰਾ ਸਕਦੇ ਹੋ, ਜਾਂ ਫਿਰ ਵਾਈਟ ਦੁਪੱਟੇ ਕੋਟਨ ਦੇ ਸੂਟਾਂ ਨਾਲ ਵੀ ਤੁਸੀਂ ਟਰਾਈ ਹੈ ਜਿਹੜੀ ਕਰ ਸਕਦੇ ਹੋ। ਨੈਕਸਟ ਜਿਹੜਾ ਆਈਡੀਆ ਹੈਗਾ ਜੀ ਉਹ ਹੈਗਾ ਗਾ ਸਲਿੱਟ ਵਾਲੀ ਕੁੜਤੀ। ਤੁਸੀਂ ਪਾਰਟੀ ਵੇਅਰ ਇਸ ਤਰ੍ਹਾਂ ਦੇ ਫੈਬਰਿਕ ਚੂਜ਼ ਕਰ ਸਕਦੇ ਹੋ, ਜਿਹੜੇ ਕਿ ਵੈਡਿੰਗ ਦੇ ਜਾਂ ਪਾਰਟੀ 'ਤੇ ਤੁਸੀਂ ਜਦੋਂ ਪਹਿਨ ਕੇ ਜਾਂਦੇ ਹੋ ਬਹੁਤ ਸੋਹਣੇ ਲੱਗਦੇ ਆ ਫੈਬਰਿਕ, ਬਟ ਉਹਦੇ ਵਿੱਚ ਕੀ ਹੈ ਕਿ ਤੁਸੀਂ ਸਲਿੱਟ ਵਾਲੀ ਕੁੜਤੀ ਬਣਾ ਸਕਦੇ ਹੋ, ਤੁਸੀਂ ਬਿਲਕੁਲ ਹੈ ਜਿਹੜਾ ਸੈਂਟਰ ਦੇ ਵਿੱਚ ਕੁੜਤੀ 'ਤੇ ਸਲਿੱਟ ਬਣਾ ਸਕਦੇ ਹੋ, ਵੀ ਸਲਿੱਟ ਬਹੁਤ ਸੋਹਣੀ ਲੱਗਦੀ ਹੈ। ਉਹਦੇ ਨਾਲ ਤੁਸੀਂ ਜਾਂ ਤਾਂ ਚੂੜੀਦਾਰ ਜਾਂ ਤੁਸੀਂ ਟਰਾਊਜ਼ਰ ਪੈਂਟ ਜਾਂ ਲੂਜ਼ ਪਲਾਜੋ ਵੀ ਸੋਹਣਾ ਲੱਗਦਾ, ਪਰ ਲੂਜ਼ ਪਲਾਜੋ ਇੰਨਾ ਸੋਹਣਾ ਨਹੀਂ ਲੱਗਦਾ ਜਿੰਨੀ ਟਰਾਊਜ਼ਰ ਪੈਂਟ, ਅਤੇ ਜਿਹੜੀ ਚੂੜੀਦਾਰ ਆ ਉਹ ਸੋਹਣੀ ਲੱਗਦੀ ਹੈ ਸਲਿੱਟ ਵਾਲੀ ਕੁੜਤੀ ਦੇ ਨਾਲ। ਇਸ ਤਰ੍ਹਾਂ ਤੁਸੀਂ ਲੌਂਗ ਕੁੜਤੀਆਂ ਸਟਿਚ ਕਰਵਾ ਸਕਦੇ ਹੋ। ਇਸ ਤੋਂ ਬਾਅਦ ਆ ਜਾਂਦਾ ਜੀ ਪਟਿਆਲਾ ਸੂਟ। ਸੋ ਪਟਿਆਲਾ ਸੂਟ ਦੇ ਵਿੱਚ ਵੀ ਤੁਸੀਂ ਕੀ ਕਰ ਸਕਦੇ ਹੋ ਵੀ ਤੁਸੀਂ ਇਸ ਤਰ੍ਹਾਂ ਦੇ ਕੱਪੜੇ, ਮੈਂ ਤੁਹਾਨੂੰ ਪਹਿਲਾਂ ਕੋਟਨ ਦੇ ਦੱਸਤੇ, ਉਸ ਤੋਂ ਬਾਅਦ ਤੁਸੀਂ ਚਨੋਨ, ਜੋਰਜਟ ਦੇ ਕਾਫੀ ਪਾਰਟੀ ਵੇਅਰ ਕੱਪੜੇ ਜਾਂ ਕਰੇਪ ਦੇ ਵਿੱਚ ਜਿਹੜੇ ਆ ਰਹੇ ਆ ਪ੍ਰਿੰਟਡ, ਜੇਕਰ ਤੁਸੀਂ ਐਮਬਰਾਇਡਰੀ ਵਾਲੇ ਨਹੀਂ ਚੂਜ਼ ਕਰਨੇ। ਜੋਰਜਟ ਦੇ ਵਿੱਚ ਜੇਕਰ ਤੁਸੀਂ ਬਿਲਕੁਲ ਪਿਓਰ ਜੋਰਜਟ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਉਹਦੇ ਵਿੱਚ ਤੁਹਾਨੂੰ ਸੈਮੀ ਜੋਰਜਟ ਮਿਲ ਜੂਗਾ, ਜਿਹੜਾ ਕਿ ਸੂਟ ਤੁਹਾਨੂੰ ਬਿਲਕੁਲ 750 ਰੁਪਏ ਦਾ ਮਿਲ ਜਾਂਦਾ। ਲਾਈਨਿੰਗ ਦਾ ਯੂਜ਼ ਕਰਕੇ ਸੂਟ ਆ ਸਟਿਚ ਕਰਵਾ ਸਕਦੇ ਹੋ, ਤੁਹਾਨੂੰ ਡਿਫਰੈਂਟ ਤਰ੍ਹਾਂ ਦੇ ਕਲਰ ਆ ਜਿਹੜੇ ਮਿਲ ਜਾਣਗੇ, ਜੋ ਵੀ ਕਲਰ ਤੁਸੀਂ ਲੈਣਾ ਆਪਣੀ ਸ਼ੋਪ ਤੋਂ ਖਰੀਦ ਸਕਦੇ ਹੁੰਦੇ ਹੋ। ਉਹ ਤੁਸੀਂ ਪਲੇਨ ਸੂਟ ਬਣਾ ਸਕਦੇ ਹੋ, ਉਹਦੇ ਵਿੱਚ ਵੀ ਤੁਸੀਂ ਫਰੋਕ ਸੂਟ ਆ ਜੇਕਰ ਸਟਿਚ ਕਰਵਾਉਣੇ ਹੋ ਸਲਵਾਰ ਦੇ ਨਾਲ ਜਾਂ ਪਲਾਜੋ ਦੇ ਨਾਲ, ਬਹੁਤ ਸੋਹਣਾ ਲੱਗਦਾ, ਉਹਦੇ ਨਾਲ ਕੰਟਰਾਸਟ ਦੁਪੱਟਾ ਲੈ ਸਕਦੇ ਹੋ, ਜਾਂ ਫਿਰ ਫਰੋਕ ਸੂਟ ਤੁਸੀਂ ਜੋਰਜਟ ਦੇ ਵਿੱਚ ਬਣਾ ਕੇ ਉਹਦੇ ਨਾਲ ਤੁਸੀਂ ਔਰਗਾਂਜਾ ਦਾ ਜਿਹਦੇ ਵਿੱਚ ਕਿ ਐਮਬਰਾਇਡਰੀ ਕੀਤੀ ਹੋਵੇ ਦੁਪੱਟੇ ਦੇ ਵਿੱਚ ਥਰੈਡ ਨਾਲ, ਵਾਈਟ ਕਲਰ ਦਾ ਦੁਪੱਟਾ ਜਾਂ ਆਫ ਵਾਈਟ ਕਲਰ ਦਾ ਦੁਪੱਟਾ ਲੈ ਸਕਦੇ ਹੋ। ਕੰਟਰਾਸਟ ਤੁਸੀਂ ਦੇਖਣਾ ਹੈ ਵੀ ਜੇ ਤਾਂ ਤੁਸੀਂ ਵਾਈਟ ਦਾ ਕੰਟਰਾਸਟ ਦੁਪੱਟੇ ਦਾ ਬਣਾਉਣ ਦਾ ਸੂਟ ਥੋੜ੍ਹਾ ਜਿਹਾ ਡਾਰਕ ਕਲਰ ਦਾ ਲੈ ਸਕਦੇ ਹੋ, ਅਤੇ ਜੇਕਰ ਤੁਸੀਂ ਥੋੜ੍ਹਾ ਡਾਰਕ ਦੁਪੱਟਾ ਡਾਈ ਕਰਵਾਉਣ ਦਾ ਸੂਟ ਹੈ, ਥੋੜ੍ਹਾ ਜਿਹਾ ਲਾਈਟ ਕਲਰ ਦਾ ਲੈ ਸਕਦੇ ਹੋ, ਜਿਵੇਂ ਕਿ ਪੀਚ ਕਲਰ ਦਾ ਸੂਟ ਬਣਾ ਰਹੇ ਹੋ ਤਾਂ ਉਹਦੇ ਨਾਲ ਰੈੱਡ, ਮੈਰੂਨ ਜਾਂ ਫਿਰ ਡਾਰਕ ਪਿੰਕ ਇਸ ਤਰ੍ਹਾਂ ਦੇ ਕੰਟਰਾਸਟ ਬਹੁਤ ਸੋਹਣੇ ਲੱਗਦੇ ਆ, ਦੁਪੱਟਾ ਡਾਈ ਕਰਵਾ ਸਕਦੇ ਹੋ। ਨੈਕਸਟ ਜਿਹੜਾ ਆਪਣਾ ਆਈਡੀਆ ਆ ਗਿਆ ਜੀ ਉਹ ਹੈਗਾ ਗਾਊਨ ਨੂੰ ਲੈ ਕੇ। ਵੈਸੇ ਗਾਊਨ ਕਾਫੀ ਸਮੇਂ ਤੋਂ ਟ੍ਰੈਂਡ ਦੇ ਵਿੱਚ ਹੈ, ਕਾਫੀ ਲੋਕ ਆ ਜਿਹੜਾ ਵਿਆਹ ਸ਼ਾਦੀ 'ਤੇ ਗਾਊਨ ਪਹਿਨਦੇ ਆ, ਗਾਊਨ ਨੂੰ ਰੈਂਟ 'ਤੇ ਵੀ ਲੈ ਲੈਂਦੇ ਜਾਂ ਖੁਦ ਆਪਣਾ ਗਾਊਨ ਆ ਜਿਹੜਾ ਡਿਜ਼ਾਈਨ ਕਰਵਾਉਂਦੇ ਆ, ਪਰ ਕਾਫੀ ਲੰਬੇ ਸਮੇਂ ਤੋਂ ਆਪਾਂ ਨੂੰ ਥੋੜ੍ਹਾ ਜਿਹਾ ਚੇਂਜ ਚਾਹੀਦਾ ਹੁੰਦਾ ਵੀ ਜਿਹੜਾ ਗਾਊਨ ਆ ਉਹ ਕਾਫੀ ਲੰਬੇ ਸਮੇਂ ਤੋਂ ਟ੍ਰੈਂਡ ਦੇ ਵਿੱਚ ਚੱਲ ਰਿਹਾ, ਤਾਂ ਉਹਨੂੰ ਆਪਾਂ ਗਾਊਨ ਨੂੰ ਨਾ ਪਹਿਨ ਕੇ ਗਾਊਨ ਦੇ ਸਿਮਿਲਰ
ਕਰ ਲਏ। ਸੋ ਇਸ ਤਰ੍ਹਾਂ ਦੀਆਂ ਲੌਂਗ ਫਰੋਕ ਬਹੁਤ ਸੋਹਣੀਆਂ ਲੱਗਦੀਆਂ ਨੇ, ਉਹਦੇ ਨਾਲ ਤੁਸੀਂ ਚੂੜੀਦਾਰ ਬਣਾ ਸਕਦੇ ਹੋ, ਟਰਾਊਜ਼ਰ ਪੈਂਟ ਬਣਾ ਸਕਦੇ ਹੋ, ਬਟ ਕੀ ਹੈ ਕਿ ਤੁਹਾਡਾ ਬੋਟਮ ਜ਼ਿਆਦਾ ਨਾ ਦਿਸੇ ਤਾਂ ਬਿਲਕੁਲ ਗਾਊਨ ਦਾ ਲੁੱਕ ਦੇਊਗਾ। ਕੁਛ ਇਸ ਤਰ੍ਹਾਂ ਦੀ ਐਕਸੈਸਰੀਜ਼ ਤੁਸੀਂ ਉਹਨੂੰ ਡਿਜ਼ਾਈਨ ਕਰਨ ਵਾਸਤੇ ਚੂਜ਼ ਕਰ ਸਕਦੇ ਹੋ। ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਲੇਸਿਸ ਮਿਲ ਜਾਂਦੀਆਂ ਨੇ, ਜਾਂ ਪੈਚ ਵਰਕ ਮਿਲ ਜਾਂਦੇ ਆ, ਜਾਂ ਫਿਰ ਤੁਸੀਂ ਬਿਲਕੁਲ ਉਹਦੇ ਨਾਲ ਇਸ ਤਰ੍ਹਾਂ ਦੇ ਆਕਸੀਡਾਈਜ਼ ਜੁਐਲਰੀ ਵੀ ਕੋਟਨ ਦੇ ਗਾਊਨ ਨਾਲ ਪਹਿਨ ਦਿਓ ਤਾਂ ਉਹ ਵੀ ਬਹੁਤ ਸੋਹਣੀ ਲੱਗਦੀ ਆ। ਸੋ ਇਹ ਵੀ ਮੇਰੇ ਵੱਲੋਂ ਤੁਹਾਡੇ ਲਈ ਇੱਕ ਟਿਪ ਹੈ ਵੀ ਆਕਸੀਡਾਈਜ਼ ਜੁਐਲਰੀ ਹੈ ਜਿਹੜੀ ਸਮਰ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ, ਕਿਉਂਕਿ ਇਹਦੇ ਵਿੱਚ ਜ਼ਿਆਦਾ ਸਟੋਨ ਵਗੈਰਾ ਦਾ ਯੂਜ਼ ਨਹੀਂ ਕੀਤਾ ਜਾਂਦਾ ਹੁੰਦਾ, ਨਾ ਜ਼ਿਆਦਾ ਕੋਈ ਸ਼ਾਈਨ ਹੁੰਦੀ ਹੈ, ਚਮਕਦਮਕ ਹੁੰਦੀ ਹੈ, ਅਤੇ ਇਹ ਜੁਐਲਰੀ ਹੈ ਜਿਹੜੀ ਸਮਰ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ। ਇਸ ਤਰ੍ਹਾਂ ਦੀ ਤੁਸੀਂ ਦੇਖੋ ਜਦੋਂ ਕੁਛ ਸਟੇਟਮੈਂਟ ਪੀਸ ਬਣਾ ਕੇ ਕੋਈ ਨੈਕਲੈਸ ਜਾਂ ਇਸ ਤਰ੍ਹਾਂ ਦੀ ਏਅਰਿੰਗ ਪਹਿਨੋਗੇ ਤਾਂ ਉਹ ਤੁਹਾਨੂੰ ਬਹੁਤ ਸੋਹਣੀ ਲੁੱਕ ਦੇਣਗੇ। ਤੁਸੀਂ ਡਿਫਰੈਂਟ ਜੀ ਲੁੱਕ ਹੈ ਜਿਹੜੀ ਕ੍ਰੀਏਟ ਕਰ ਸਕਦੇ ਹੋ ਜੁਐਲਰੀ ਦੀ ਮਦਦ ਨਾਲ ਵੀ। ਸੋ ਇਹੀ ਸੀਗੇ ਅੱਜ ਦੇ ਮੇਰੇ ਕੁਛ ਟਿਪਸ ਸਮਰ ਸੀਜ਼ਨ ਦੇ ਲਈ ਪਾਰਟੀ ਵੇਅਰ ਡਰੈਸਿਸ ਦੇ ਲਈ, ਐਂਡ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਏ ਹੋਣਗੇ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅਤੇ ਹੁਣ ਵੀ ਦੱਸਦੀ ਹਾਂ ਕਿ ਤੁਸੀਂ ਮੇਰੇ ਨਾਲ ਜੋ ਵੀ ਤੁਹਾਨੂੰ ਟਿਪ ਹੈ ਜਿਹੜਾ ਮੇਰਾ ਸਭ ਤੋਂ ਬੈਸਟ ਲੱਗਿਆ ਜਾਂ ਵਧੀਆ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੈ ਜਿਹੜਾ ਜ਼ਰੂਰ ਸ਼ੇਅਰ ਕਰਿਓ। ਨੈਕਸਟ ਵੀਡੀਓ ਨਾਲ ਮਿਲਾਂਗੇ। ਨੈਕਸਟ ਜੋ ਵੀਡੀਓ ਹੈ ਤੁਹਾਨੂੰ ਕਿਸ ਤਰ੍ਹਾਂ ਦੇ ਟਿਪਸ ਜਾਂ ਕਿਸ ਤਰ੍ਹਾਂ ਦੇ ਮੇਕਅਪ ਜਾਂ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਕਮੈਂਟ ਬਾਕਸ ਦੇ ਵਿੱਚ ਹੈ ਜਿਹੜਾ ਜ਼ਰੂਰ ਸ਼ੇਅਰ ਕਰਿਆ ਕਰੋ ਜੀ। ਚਲੋ ਜੀ ਫਿਰ ਨੈਕਸਟ ਵੀਡੀਓ ਨਾਲ ਮਿਲਾਂਗੇ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਬਾਏ ਬਾਏ।